हेलो स्टूडेंट्स हाउ आर यू आज ਅਜ ਸਿੱਖਣ ਜਾ ਰਹੇ ਹਾਂ ਇੱਕ ਨਿਊ ਲੈਸਨ ਲੈਸਨ 13 ਸਮੈਸ਼ਿੰਗ ਦਾ ਗਲਾਸ ਸੀਲਿੰਗ ਸੋ ਸਭ ਤੋਂ ਪਹਿਲਾਂ ਤੁਹਾਨੂੰ ਇਸ ਟਾਈਟਲ ਦਾ ਮਤਲਬ ਪਤਾ ਹੋਣਾ ਚਾਹੀਦਾ ਸਮੈਸ਼ਿੰਗ ਯਾਨੀ ਜ਼ੋਰ ਨਾਲ ਕਿਸੇ ਚੀਜ਼ ਨੂੰ ਤੋੜ ਦੇਣਾ ਜਿਹਨੂੰ ਅਸੀਂ ਪੰਜਾਬੀ ਚ ਕਹਿੰਦੇ ਆ ਮੂੰਹ ਤੋੜ ਜਵਾਬ ਦੇਣਾ ਸਮੈਸ਼ਿੰਗ ਦਾ ਗਲਾਸ ਸੀਲਿੰਗ ਗਲਾਸ ਸੀਲਿੰਗ ਇਹ ਕਹੋ ਜੀ ਦੀਵਾਰ ਜਿਹੜੀ ਗਲਾਸ ਦੀ ਬਣੀ ਹੋਈ ਹੋਵੇ ਤੇ ਆਮ ਕਰਕੇ ਉਸ ਪ੍ਰਥਾ ਲੋਕਾਂ ਦੀ ਉਸ ਸੋਚ ਬਾਰੇ ਵਰਤਿਆ ਜਾਂਦਾ ਹੈ ਜੋ ਕਿ ਔਰਤਾਂ ਨੂੰ ਆਪਣੇ ਘਰ ਦੀ ਚਾਰ ਦਿਵਾਰੀ ਵਿੱਚੋਂ ਬਾਹਰ ਨਿਕਲ ਕੇ ਕੰਮ ਕਰਨ ਪੜਾਈ ਕਰਨ bizness ਕਰਨ ਤੇ ਹੋਰ opportunitys ਨੂੰ avail ਕਰਨ ਤੋਂ ਅਤੇ ਆਪਣੀ ਲਾਈਫ ਦੇ ਵਿੱਚ ਕਾਮਯਾਬ ਹੋਣ ਤੋਂ ਰੋਕਦੀ ਹੈ ਸੋ ਉਸ ਨੂੰ ਆਪਾਂ ਕਹਿੰਦੇ ਆ ਗਲਾਸ ਸੀਲਿੰਗ ਸੋ ਆਓ ਆਪਾਂ ਇਸ ਲੈਸਨ ਚ ਦੇਖਦੇ ਆ ਕਿ ਕਿਸ ਤਰ੍ਹਾਂ ਦੋ ਫਰੈਂਡਸ ਹੁੰਦੀਆਂ ਹਨ ਤੇ ਉਹਨਾਂ ਵਿੱਚੋਂ ਇੱਕ ਫਰੈਂਡ ਜਿਹੜੀ ਹੈ ਆਪਣੀ ਗਲਾਸ ਸੀਲਿੰਗ ਨੂੰ ਤੋੜ ਕੇ ਕਿਸ ਤਰ੍ਹਾਂ ਉਹ ਅੱਗੇ ਵਧਦੀ ਹੈ ਤੇ ਦੂਜੀ ਉਸੇ ਗਲਾਸ ਸੀਲਿੰਗ ਦੇ ਵਿੱਚ ਰਹਿ ਕੇ ਆਪਣੇ ਆਪ ਨੂੰ ਅਖੀਰ ਤੇ ਇਕੱਲਾ ਮਹਿਸੂਸ ਕਰਨ ਲੱਗ ਜਾਂਦੇ ਹੈ ਆਓ ਇਸ ਤੋਂ ਪਹਿਲਾਂ ਕਿ ਅਸੀਂ ਇਹ ਲੈਸਨ ਸ਼ੁਰੂ ਕਰੀਏ ਐਕਟੀਵਿਟੀ ਫਸਟ ਵਰਡ मीनिंग ਸਮੈਸ਼ਿੰਗ ਤੋੜਨਾ ਹਗਡ ਗਲੇ ਲਗਾਇਆ ਮੈਮਰੀਜ਼ ਯਾਦਾਂ ਰੈਗਰੇਟ ਖੇਦ ਅਰਥਰਾਈਟਿਸ ਗਠੀਆ ਜੋੜਾਂ ਦਾ ਦਰਦ ਚੈਰੀਟੇਬਲ ਖੈਰਾਤੀ ਜਦਾਨੀ ਸਕਿਲਸ ਹੁਨਰ ਪਬਲਿਸ਼ਿੰਗ ਪ੍ਰਕਾਸ਼ਿਤ ਕਰਨਾ ਓਪਰਚੁਨਿਟੀ ਮੌਕਾ ਸੋਲ ਇਕੱਲਾ ਰੋਲ ਮਾਡਲ ਪ੍ਰੇਰਣਾ ਸਰੋਤ ਜਾਂ ਆਦਰਸ਼ ਕੁਆਲੀਫਿਕੇਸ਼ਨ ਯੋਗਤਾ ਇਨਸਪੀਰੇਸ਼ਨ ਪ੍ਰੇਰਣਾ ਪ੍ਰੋਮੋਟ ਪ੍ਰਚਾਰ ਕਰਨਾ ਜਾਂ ਬੜਾਵਾ ਦੇਣਾ ਫੋਰਨ ਵਿਦੇਸ਼ ਗਲਾਸ ਸੀਲਿੰਗ ਸਟੈਂਡਸ ਫॉर ਸਮਥਿੰਗ ਅਨਫੇਅਰ ਦੈਟ ਸਟੋਪਸ ਅ ਊਮਨ ਫਰੋਮ ਗੈਟਿੰਗ ਇੰਪੋਰਟੈਂਟ ਪੋਜੀਸ਼ਨਸ অর ਜੋਬਸ ਗਲਾਸ ਸੀਲਿੰਗ ਦਾ ਮਤਲਬ ਹੈ ਇਹੋ ਜੀ ਕੁਰੀਤੀ ਜਿਹੜੇ ਕਿ ਔਰਤਾਂ ਨੂੰ ਸਮਾਜ ਵਿੱਚ ਅੱਗੇ ਵਧਣ ਤੋਂ ਅਤੇ ਮਹੱਤਵਪੂਰਨ ਸਥਾਨ ਜਾਂ ਜੋਬਸ ਲੈਣ ਤੋਂ ਰੋਕਦੀ ਹੈ ਫਾਰ ਇਕਜ਼ੈਂਪਲ ਉਦਾਹਰਨ ਦੇ ਤੌਰ ਤੇ it could be the unfair belief that women should not step outside for work after marriage ek badi anuchit soch hai ke aurtaan nu marriage to baad apne ghar to bahar nahi nikalna chahida aur that women are the best givers ja aurtaan bahut vadiyan deviyan hundiyan han so ਦੇ ਸ਼ੁੱਡ ਰੇਸ ਚਿਲड्रन ਸੋ ਉਹਨਾਂ ਨੂੰ ਆਪਣੇ ਬੱਚਿਆਂ ਦੀ ਦੇਖਭਾਲ ਕਰਨੀ ਚਾਹੀਦੀ ਹੈ ਪਾਲਣਾ ਪੋਸ਼ਣਾ ਕਰਨੀ ਚਾਹੀਦੀ ਹੈ ਥਰੂ ਦਾ ਗਲਾਸ ਸੀਲਿੰਗ ਸਮਾਜ ਵੱਲੋਂ ਉਠਾਈ ਹੋਈ ਇਸ ਗਲਾਸ ਦੀ ਦੀਵਾਰ ਦੇ ਵਿੱਚੋਂ ਦੀ ਔਮਨ ਕੈਨ ਸੀ ਵਟ ਟੋਪ ਪੋਜੀਸ਼ਨਸ ਐਂਡ ਪਾਵਰ ਲੁੱਕ ਲਾਈਕ ਔਰਤਾਂ ਦੇਖ ਸਕਦੀਆਂ ਹਨ ਕਿ ਸਭ ਤੋਂ ਉੱਪਰਲਾ ਸਥਾਨ ਅਤੇ ਸ਼ਕਤੀ ਕਿਹੋ ਜੀ ਹੁੰਦੀ ਹੈ ਬਟ ਦੇ ਆਰ ਅਨ ਏਬਲ ਟੂ ਗੈਟ ਥੇਅਰ ਪਰ ਉਹ ਅਯੋਗ ਹੁੰਦੀਆਂ ਹਨ ਉਹਨਾਂ ਨੂੰ ਪ੍ਰਾਪਤ ਕਰਨ ਵਿੱਚ let us read the story आओ अपॉन दे स्टोरी पढ़ਦੇ ਹਾਂ ਤੇ ਦੇਖਦੇ ਹਾਂ ਇਹ ਸਟੋਰੀ ਕਿਸ ਤਰ੍ਹਾਂ ਅੱਗੇ ਮੂਵ ਹੁੰਦੀ ਹੈ दीदी यू स्टिल ਲੁੱਕ ਦਾ ਸੇਮ ਪਰਮਜੀਤ ਹੱਗ ਟ ਗੀਤ ਟਾਈਟਲੀ ਹੁਣ ਇੱਥੇ ਪਰਮਜੀਤ ਜੋ ਕਿ ਇੰਡੀਆ ਰਹਿੰਦੀ ਹੈ ਅਤੇ ਗੀਤ ਜੋ ਕਿ ਵਿਦੇਸ਼ ਤੋਂ ਆਈ ਹੈ ਇਹ ਦੋਨੋਂ ਬਚਪਨ ਦੀਆਂ ਸਹੇਲੀਆਂ ਸਨ ਜਿੱਥੇ ਕਿ ਪਰਮਜੀਤ ਦੇ ਮਾਤਾ ਜੀ ਗੀਤ ਦੇ ਘਰ ਕੰਮ ਕਰਦੇ ਹੁੰਦੇ ਸਨ ਜੀ ਜੀ ਤੂੰ ਤਾਂ ਬਿਲਕੁਲ ਪਹਿਲੇ ਵਰਗੀ ਲੱਗਦੀ ਪਈ ਹੈ ਪਰਮਜੀਤ ਨੇ ਗੀਤ ਨੂੰ ਕੁੱਟ ਕੇ ਜੱਫੀ ਪਾਉਂਦੇ ਹੋਏ ਕਿਹਾ 25 years had passed 25 ਸਾਲ ਬੀਤ ਗਏ ਹਨ both had been busy raising their own families ਬਚਪਨ ਦੀਆਂ ਇਹ ਦੋਨੋਂ ਸਹੇਲੀਆਂ ਆਪਣੇ ਆਪਣੇ ਫੈਮਲੀਜ਼ ਦੇ ਪਾਲਣ ਪੋਸ਼ਣ ਵਿੱਚ ਰੁੱਝ ਗਈਆਂ ਸਨ ਗੀਤ ਹੈਡ ਗੋਨ ਅਬ੍ਰੋਡ ਆਫਟਰ ਮੈਰਿਜ ਗੀਤ ਵਿਆਹ ਤੋਂ ਬਾਅਦ ਵਿਦੇਸ਼ ਚਲੇ ਗਈ ਸੀ ਜੋ ਚਾਈਲਡਹੂਡ ਮੈਮਰੀਜ਼ ਹਾਊਇਵਰ ਵਾਸ ਸਟਿਲ ਫਰੈਸ਼ ਉਹਨਾਂ ਦੀਆਂ ਬਚਪਨ ਦੀਆਂ ਯਾਦਾਂ ਹਾਲਾਂਕਿ ਅਜੇ ਵੀ ਤਰੋ-ਤਾਜ਼ਾ ਸਨ ਪਰਮਜੀਤਸ ਮਦਰ ਅ ਵਿਡੋ ਪਰਮਜੀਤ ਦੇ ਮਾਤਾ ਜੀ ਜੋ ਕਿ ਇੱਕ ਵਿਧਵਾ ਸਨ ਹੈਡ ਬੀਨ ਅ ਟਰਸਟਡ ਹਾਊਸਹੈਲਪ ਐਟ ਗੀਸ ਹਾਊਸ ਜੋ ਕਿ ਗੀਤ ਦੇ ਘਰ ਵਿੱਚ ਵਿਸ਼ਵਾਸਯੋਗ ਤਰੀਕੇ ਨਾਲ ਕੰਮ ਕਰਦੇ ਸਨ ਐਂਡ ਪਰਮਜੀਤ ਵਾਸ ਲੱਕੀ ਟੂ ਬੀ ਟ੍ਰੀਟਡ ਐਸ ਏਅਰ ਡਾਟਰ ਬਾਈ ਗੀਤਸ ਪੇਰੈਂਟਸ ਅਤੇ ਪਰਮਜੀਤ ਬੜੀ ਖੁਸ਼ਕਿਸਮਤ ਸੀ ਕਿ ਗੀਤ ਦੇ ਮਾਤਾ ਪਿਤਾ ਉਸ ਨੂੰ ਆਪਣੇ ਬੱਚੀ ਵਾਂਗ ਹੀ ਸਮਝਦੇ ਸਨ ਲੁੱਕ ਐਟ ਯੂ ਪਰਮਜੀਤ ਯੂ ਸੀਮ ਟੂ ਹੈਵ ਡਨ ਵੈਲ ਇਨ ਲਾਈਫ ਗੀਤ ਕਹਿੰਦੀ ਹੈ ਪਰਮਜੀਤ ਮੈਂ ਤੇਰੇਲ ਦੇਖਦੀ ਹਾਂ ਮੈਨੂੰ ਲੱਗਦਾ ਤੂੰ ਤਾਂ ਜ਼ਿੰਦਗੀ ਦੇ ਵਿੱਚ ਬਹੁਤ ਵਧੀਆ ਕੁਝ ਕੀਤਾ ਹੋਇਆ ਹੈ Geet had noticed Paramjeet's good clothes, her costly mobile phone and her polished way of talking. Geet ne dhyan ditta kidde wal Paramjeet de acche kapdeyan wal, ohde mehenge mobile wal ate ohde bade vadiya tareeke naal gal karan de wal usne dhyan ditta. One would hardly believe that she had been extremely poor as a child when her father had passed away. ਕੋਈ ਵੀ ਬੜੀ ਮੁਸ਼ਕਲ ਨਾਲ ਹੀ ਵਿਸ਼ਵਾਸ ਕਰ ਸਕਦਾ ਸੀ ਕਿ ਜਦੋਂ ਉਹਦੇ ਬਚਪਨ ਦੇ ਵਿੱਚ ਜਦੋਂ ਉਸਦੇ ਪਿਤਾ ਜੀ ਦੀ ਡੈਥ ਹੋ ਗਈ ਸੀ ਤਾਂ ਉਹ ਬਹੁਤ ਗਰੀਬ ਸੀ ਗੀਤ ਟੁਕ ਪਰਮਜੀਤ ਵਿਧਾਰ ਟੂ ਦਾ ਰੂਫ ਟਾਪ ਵੇਅਰ ਦੇ ਹੈਡ ਆਫਨ ਪਲੇਡ ਟੁਗੇਦਰ ਐਸ ਚਿਲड्रन ਗੀਤ ਪਰਮਜੀਤ ਨੂੰ ਆਪਣੇ ਘਰ ਦੀ ਛੱਤ ਤੇ ਲੈ ਗਈ ਜਿੱਥੇ ਉਹ ਬਚਪਨ ਵਿੱਚ ਇਕੱਠੇ ਖੇਡਿਆ ਕਰਦੇ ਸਨ ਦੇ ਐਡਮਾਇਰਡ ਦਾ ਬਿਊਟੀਫੁਲ ਸਨਸੈਟ ਐਸ ਦਾ ਬਰਡਸ ਰਿਟਰਨਡ ਟੂ देयर ਨੇਸਟਸ ਉੱਥੇ ਖੜ ਕੇ ਉਹਨਾਂ ਨੇ ਖੂਬਸੂਰਤ ਸੂਰਜ ਛਿਪਣ ਦੀ ਅਤੇ ਪੰਛੀਆਂ ਦੇ ਸ਼ਾਮ ਨੂੰ ਆਪਣੇ ਆਲਣਿਆਂ ਵਿੱਚ ਵਾਪਸ ਆਣ ਦੀ ਸراہਣਾ ਕੀਤੀ। ਦੀਦੀ ਟੈਲ ਮੀ 올 ਅਬਾਊਟ ਯਰਸੈਲਫ ਹਾਊ ਹੈਵ ਯੂ ਬੀਨ ਵਾਟ ਟੁਕ ਯੂ ਸੋ ਲੌਂਗ ਟੂ ਵਿਜ਼ਿਟ ਅਸ ਪਰਮਜੀਤ ਆਸਕਟ ਪਰਮਜੀਤ ਨੇ ਪੁੱਛਿਆ ਦੀਦੀ ਮੈਨੂੰ ਸਭ ਕੁਝ ਦੱਸੋ ਆਪਣੇ ਬਾਰੇ ਤੁਸੀਂ ਕਿੱਦਾਂ ਹੋ ਤਿੰਨਾ ਟਾਈਮ ਤੁਹਾਨੂੰ ਕਿੱਦਾਂ ਲੱਗ ਗਿਆ ਦੁਬਾਰਾ ਇੱਥੇ ਵਿਜ਼ਿਟ ਕਰਨ गीत रिप्लाइड गीत ने जवाब ਦਿੱਤਾ डू यू सी दीस बर्ड्स ਕੀ ਤੂੰ ਇਨਾ ਪੰਛੀਆਂ ਨੂੰ ਦੇਖ ਰਹੀ ਹੈ ਮਾਈ ਲਾਈਫ ਹੈਜ਼ ਬੀਨ ਐਗਜੈਕਟਲੀ ਲਾਈਕ ਡੇਅਰਸ ਮੇਰੀ ਜ਼ਿੰਦਗੀ ਵੀ ਇਨਾ ਵਰਗੀ ਬਣ ਗਈ ਹੈ ਆਈ ਫਲੂ ਅਵੇ ਇਨਟੂ ਐਨ ਅਨਨੋਨ ਲੈਂਡ ਮੈਂ ਇੱਕ ਅਣਪਛਾਤੀ ਧਰਤੀ ਤੇ ਉੱਡ ਕੇ ਚਲੇ ਗਈ ਬਿਲਟ ਮਾਈ ਫੈਮਿਲੀ ਨੇਸਟ ਅਤੇ ਮੈਂ ਉੱਥੇ ਆਪਣੇ ਪਰਿਵਾਰ ਦਾ ਘੋਸਲਾ ਬਣਾਇਆ looked after the needs of my husband and his old parents and raised two fine sons ate apne husband ate unna de mata pita diyan loadan da dhyan rakhiya ate do bahut hi vadiya beteyan di parvarish kiti but my nest is very lonely now ਪਰ ਮੇਰਾ ਇੱਕ ਹੌਸਲਾ ਹੁਣ ਬਹੁਤ ਇਕੱਲਾ ਹੋ ਗਿਆ ਹੈ ਮਾਈ ਪੇਰੈਂਟਸ ਇਨ-ਲਾਅ ਹੈਵ ਪਾਸਟ ਅਵੇ ਮੇਰੇ ਸਸ ਸੋਰਾ ਹੁਣ ਗੁਜ਼ਰ ਚੁੱਕੇ ਹਨ ਐਂਡ ਮਾਈ ਸਨਸ ਹੈਵ ਸ਼ਿਫਟਡ ਆਊਟ ਅਤੇ ਮੇਰੇ ਬੱਚੇ ਹੁਣ ਆਪਣਾ ਘਰ ਛੋੜ ਕੇ ਦੂਜੀ ਜਗ੍ਹਾ ਰਹਿੰਦੇ ਹਨ ਮਾਈ ਹਸਬੈਂਡ ਯੂਸੂਅਲੀ ਰਿਮੇਨਸ ਬਿਜ਼ੀ ਐਟ ਵਰਕ ਮੇਰੇ ਪਤੀ ਆਮ ਕਰਕੇ ਆਪਣੇ ਕੰਮ ਵਿੱਚ ਬਿਜ਼ੀ ਰਹਿੰਦੇ ਹਨ ਦੀਦੀ ਯੂ ਆਲਸੋ ਮਸਟ ਬੀ ਵਰਕਿੰਗ ਰਾਈਟ ਤਪਰਮਜੀਤ ਨੇ ਪੁੱਛਿਆ ਦੀਦੀ ਤੁਸੀਂ ਵੀ ਤਾਂ ਫਿਰ ਕੰਮ ਕਰਦੇ ਹੀ ਹੋਵੋਗੇ ਠੀਕ ਹੈ ਨਾ ਆਈ ਸਟਿਲ ਰਿਮੈਂਬਰ ਯੂ ਐਜ਼ ਅ ਕਲਾਸ ਟੋਪਰ ਇਨ ਸਟੱਡੀਜ਼ ਐਜ਼ ਵੈਲ ਐਸ ਸਪੋਰਟਸ ਪਰਮਜੀਤ ਕਹਿੰਦੀ ਮੈਨੂੰ ਯਾਦ ਹੈ ਤੁਸੀਂ ਤਾਂ ਕਲਾਸ ਵਿੱਚ ਟੋਪਰ ਹੁੰਦੇ ਸੀ ਤੇ ਸਪੋਰਟਸ ਵਿੱਚ ਵੀ ਬੜੇ ਅੱਗੇ ਹੁੰਦੇ ਸੀ ਦਾ ਮੈਡਲਸ ਐਂਡ ਅਵਾਰਡਸ ਵਨ ਬਾਈ ਯੂ ਆਰ ਕੇਪਟ ਓਨ ਦੈਟ ਹਿਊਜ ਵੁੱਡਨ ਰੈਕ ਪਰਮਜੀਤ ਸੈਡ ਪਰਮਜੀਤ ਨੇ ਬੜੀ ਉਤਸੁਕਤਾ ਨਾਲ ਪੁੱਛਿਆ ਕਿ ਜਿਹੜੇ ਤੁਹਾਨੂੰ ਮੈਡਲ ਮਿਲਦੇ ਸੀ ਅਵਾਰਡ ਮਿਲਦੇ ਸੀ ਤੇ ਤੁਸੀਂ ਇਸ ਲੱਕੜੀ ਦੇ ਰੈਕ ਉੱਤੇ ਸਜਾ ਕੇ ਰੱਖ ਦਿੰਦੇ ਸੀ ਨਾ ਆਈ ਵਾਸ ਨੋਟ ਅਲੋਡ ਟੂ ਵਰਕ ਆਫਟਰ ਮੈਰਿਜ ਤਾਂ ਗੀਤ ਵਿਚਾਰੀ ਨੇ ਕਿਹਾ ਨਹੀਂ ਮੈਨੂੰ ਵਿਆਹ ਤੋਂ ਬਾਅਦ ਇਜਾਜ਼ਤ ਨਹੀਂ ਸੀ ਕਿ ਮੈਂ ਕੰਮ ਕਰ ਸਕਾਂ ਮਾਈ ਹਸਬੈਂਡ ਐਂਡ ਹਿਸ ਪੇਰੈਂਟਸ ਹੈਡ ਟੂ ਬੀ ਲੁੱਕਡ ਆਫਟਰ ਮੈਨੂੰ ਆਪਣੇ ਹਸਬੈਂਡ ਦੀ ਅਤੇ ਉਹਨਾਂ ਦੇ ਮਾਤਾ ਪਿਤਾ ਦੀ ਲੁੱਕ ਆਫਟਰ ਕਰਨੀ ਪਈ गीत spoke with regret गीत ने बड़े खेद नाल ਕਿਹਾ ਨਾਓ ਟੈਲ ਮੀ ਯੂਰ ਸਟੋਰੀ ਪਰਮਜੀਤ ਵਾਟ ਹੈਵ ਯੂ ਬੀਨ ਡੂਇੰਗ ਹੋਂ ਪਰਮਜੀਤ ਤੂੰ ਮੈਨੂੰ ਆਪਣੀ ਸਟੋਰੀ ਦੱਸ ਹੁਣ ਤੱਕ ਤੂੰ ਕੀ ਕਰਦੀ ਰਹੀ ਹੈ ਆਈ ਕੁਡ ਬੇਰਲੀ ਫਿਨਿਸ਼ ਹਾਈ ਸਕੂਲ ਵੈਨ ਮਾਈ ਮਦਰ ਕਾਟ ਆਰਥਰਾਇਟਿਸ ਮੈਂ ਮੱਸਾ ਹੀ ਆਪਣਾ ਹਾਈ ਸਕੂਲ ਅਜੇ ਖਤਮ ਕੀਤਾ ਹੀ ਸੀ ਕਿ ਮੇਰੇ ਮੰਮੀ ਨੂੰ ਗਠੀਆ ਹੋ ਗਿਆ I had to work during the day to earn money for her medical treatment te ohna de ilaaj waste mainu paise kamaan layi din vele kaam karna penda but these your parents have always been very kind to us so paramjit geet nu ethe keh rahi hai ke tuhade parents mere layi bade dayavan rahe bade dayalu rahe They also got me to attend classes run by a charitable agency. ਉਹਨਾਂ ਨੇ ਮੇਰੀ ਪੜ੍ਹਾਈ ਲਖਾਈ ਲਈ ਇਵਨਿੰਗ ਕਲਾਸਿਜ਼ ਅਰੇਂਜ ਕਰਵਾਈਆਂ ਜਿਹੜੀਆਂ ਕਿ ਇੱਕ ਚੈਰੀਟੇਬਲ ਏਜੰਸੀ ਵੱਲੋਂ ਰਨ ਕੀਤੀਆਂ ਜਾਂਦੀਆਂ ਸਨ। The agency helped me set up a small business of my own, Parmjeet spoke proudly. ਏਜੰਸੀ ਨੇ ਮੈਨੂੰ ਹੈਲਪ ਕੀਤੀ ਕਿ ਮੈਂ ਆਪਣਾ ਇੱਕ ਲਘੂ ਉਦਯੋਗ ਆਪਣਾ ਇੱਕ ਛੋਟਾ ਜਿਹਾ ਬਿਜ਼ਨਸ ਸਥਾਪਿਤ ਕਰ ਸਕਾਂ, ਪਰਮਜੀਤ ਨੇ ਬੜੇ ਮਾਣ ਨਾਲ ਕਿਹਾ। what kind of business exactly asked geet eagerly so geet ne bade utsukta nal kiya ki ke kis tarah da business mainu exactly das the agency trained me in computer and internet skills agency ne mainu train kita computer vich ate internet hunar vich i also learnt desktop publishing main desktop publishing vi sikhi that means oda matlab hai using a small computer and a machine ਇੱਕ ਛੋਟਾ ਕੰਪਿਊਟਰ ਅਤੇ ਇੱਕ ਮਸ਼ੀਨ ਨੂੰ ਵਰਤਨਾ ਕਾਦੇ ਵਾਸਤੇ ਫੋਰ ਪ੍ਰਿੰਟਿੰਗ ਟੂ ਪ੍ਰੋਡਿਊਸ ਬੁਕਸ ਬੁਕਸ ਨੂੰ ਪ੍ਰਿੰਟ ਕਰਕੇ ਪ੍ਰੋਡਿਊਸ ਕਰਨ ਵਿੱਚ ਮੈਗਜ਼ੀਨਸ ਨੂੰ ਐਂਡ ਅਦਰ ਪ੍ਰਿੰਟਡ ਮਟੀਰੀਅਲਸ ਅਤੇ ਹੋਰ ਛੱਪਣ ਵਾਲੇ ਮਟੀਰੀਅਲਜ਼ ਨੂੰ ਪ੍ਰਿੰਟ ਕਰਨ ਲਈ ਮੈਂ ਸਮਾਲ ਕੰਪਿਊਟਰ ਅਤੇ ਮਸ਼ੀਨ ਦੀ ਵਰਤੋਂ ਕਰਨੀ ਸਿੱਖੀ। ਦਾ ਏਜੰਸੀ ਆਲਸੋ ਟੋਟ ਮਨੀ ਸਕਿਲਸ ਐਂਡ ఓਪਨਡ ਮਾਈ ਬੈਂਕ ਅਕਾਊਂਟ। ਏਜੰਸੀ ਨੇ ਮੈਨੂੰ ਪੈਸੇ ਪ੍ਰਤੀ ਹੁਨਰ ਵੀ ਸਿਖਾਏ ਅਤੇ ਮੇਰਾ ਬੈਂਕ ਦਾ ਅਕਾਊਂਟ ਵੀ ਖੋਲਿਆ। ਐਂਡ ਹੈਲਪਡ ਮੀ ਗੈਟ ਅ ਨਾਈਸ ਲੋਨ ਟੂ ਸਟਾਰਟ ਮਾਈ ਬਿਜ਼ਨਸ। ਅਤੇ ਮੇਰੀ ਹੈਲਪ ਵੀ ਕੀਤੀ ਤਾਂ ਕਿ ਮੈਨੂੰ ਇੱਕ ਅੱਛਾ ਲੋਨ ਮਿਲ ਸਕੇ ਜਿਸ ਨਾਲ ਮੈਂ ਆਪਣਾ ਕੰਮ ਸ਼ੁਰੂ ਕਰ ਸਕਾਂ। i made use of the growing online work opportunities right from this home and neighborhood mai jo ke online work de opportunities vad rahiyan san usnu apne ghar baithe ate apne gwand vich jaake usnu puri tarah avail kita usda fayda uthaya today my shop serves customers like the panchayat government offices local colleges and schools ਅੱਜ ਮੇਰੀ ਦੁਕਾਨ ਤੇ ਪੰਚਾਇਤ ਤੋਂ ਸਰਕਾਰੀ ਦਫ਼ਤਰਾਂ ਤੋਂ ਸਥਾਨਕ ਕਾਲਜਾਂ ਤੇ ਸਕੂਲਾਂ ਤੋਂ ਕਸਟਮਰਸ ਆਂਦੇ ਹਨ ਆਈ ਡਿਜ਼ਾਈਨ ਪੋਸਟਰਸ ਐਂਡ ਵਿਜ਼ਿਟਿੰਗ ਕਾਰਡਸ ਫੋਰ ਥੈਮ ਮੈਂ ਉਹਨਾਂ ਵਾਸਤੇ ਪੋਸਟਰ ਡਿਜ਼ਾਈਨ ਕਰਦੀ ਹਾਂ ਤੇ ਵਿਜ਼ਿਟਿੰਗ ਕਾਰਡ ਬਣਾਉਂਦੀ ਹਾਂ ਮਾਈ ਸ਼ਾਪ ਆਲਸੋ ਪ੍ਰੋਵਾਈਡਸ ਫੋਟੋਗ੍ਰਾਫੀ ਸਰਵਿਸਿਜ਼ ਮੇਰੀ ਸ਼ਾਪ ਫੋਟੋ ਖਿੱਚਵਾਨ ਦੀ ਸਰਵਿਸ ਵੀ ਮਹਈਆ ਕਰਵਾਂਦੀ ਹੈ ਇਟ ਈਵਨ ਹੈਲਪਸ ਦਾ ਲੋਕਲ ਪੀਪਲ ਵਿਦ ਆਧਾਰ ਰਜਿਸਟ੍ਰੇਸ਼ਨ ਬੁਕਿੰਗ ਔਨਲਾਈਨ ਟਿਕਟਸ ਬੈਂਕਿੰਗ ਐਂਡ ਮੋਰ ਇਹ ਆਧਾਰ ਕਾਰਡ ਦੀ ਰਜਿਸਟ੍ਰੇਸ਼ਨ ਕਰਵਾਨੀ ਔਨਲਾਈਨ ਟਿਕਟਾਂ ਬੁੱਕ ਕਰਨੀਆਂ ਬੈਂਕਿੰਗ ਅਤੇ ਹੋਰ ਕਈ ਸੁਵਿਧਾਵਾਂ ਮਹਈਆ ਕਰਵਾਂਦੀ ਹੈ ਡਿਡ ਯੂ ਡੂ 올 ਥਿਸ ਔਨ ਯਰ ਓਨ ਗੀਤ ਵਾਸ ਇੰਪ੍ਰੈਸਡ ਵਿਦ ਪਰਮਜੀਤਸ ਸਕਸੈਸ ਗੀਤ ਬਹੁਤ ਇੰਪ੍ਰੈਸ ਹੋਈ ਪਰਮਜੀਤ ਦੀ ਸਕਸੈਸ ਨੂੰ ਦੇਖ ਕੇ ਉਹਨੇ ਪੁੱਛਿਆ ਕੀ ਤੁਸੀਂ ਸਾਰਾ ਕੁਝ ਆਪਣੇ ਆਪ ਕੀਤਾ ਨਾਟ ਔਨ ਮਾਈ ਓਨ ਦੀਦੀ ਮੈਂ ਆਪਣੇ ਆਪ ਨੇ ਕੀਤਾ ਦੀਦੀ ਆਈ ਸਟਾਰਟਡ ਥਿਸ ਬਿਜ਼ਨਸ ਵਿਦ ਫੋਰ ਮੋਰ ਊਮਨ ਪਾਰਟਨਰਸ ਮੈਂ ਇਹ ਬਿਜ਼ਨਸ 4 ਹੋਰ ਊਮਨ ਪਾਰਟਨਰਸ ਦੇ ਨਾਲ ਸ਼ੁਰੂ ਕੀਤਾ ਉਹ ਮੇਰੀਆਂ ਪਾਰਟਨਰਸ ਹਨ 올 ਟ੍ਰੇਨਡ ਐਟ द ਸੇਮ ਏਜੰਸੀ ਤੇ ਉਹ ਵੀ ਚਾਰੋਂ ਲੇਡੀਜ਼ ਉਸੇ ਸੇਮ ਏਜੰਸੀ ਵਿੱਚ ਉਹਨਾਂ ਨੇ ਟ੍ਰੇਨਿੰਗ ਲਈ ਸੀ ਬਟ ਸਲੋਲੀ ਪਰ ਹੌਲੀ-ਹੌਲੀ ਆਈ ਬੋਟ ਦਾ ਐਂਟਾਇਰ ਬਿਜ਼ਨਸ ਫਰੋਮ ਮਾਈ ਪਾਰਟਨਰਸ ਮੈਂ ਇਹ ਸਾਰਾ ਬਿਜ਼ਨਸ ਆਪਣੇ ਪਾਰਟਨਰਸ ਤੋਂ ਖਰੀਦ ਲਿਆ ਐਂਡ ਬੀਕਮ ਦਾ ਸੋਲ ਓਨਰ ਅਤੇ ਇਕੱਲੀ ਇਸ ਬਿਜ਼ਨਸ ਦੀ ਮਾਲਕ ਬਣ ਗਈ ਟੂਡੇ ਮਾਈ ਬਿਜ਼ਨਸ ਮੇਕਸ ਅ ਬਿਗ ਪ੍ਰੋਫਿਟ ਏਵਰੀ ਮੰਥ ਅੱਜ ਮੇਰਾ ਬਿਜ਼ਨਸ ਹਰ ਮਹੀਨੇ ਵੱਡਾ ਪ੍ਰੋਫਿਟ ਬਣਾਉਂਦਾ ਹੈ ਐਂਡ এমਪਲੋਇਸ ਅਦਰ ਗਰਲਸ ਇਨ ਥਿਸ ਏਰੀਆ ਅਤੇ ਇਸ ਏਰੀਆ ਦੀਆਂ ਹੋਰ ਕੁੜੀਆਂ ਨੂੰ ਨੌਕਰੀ ਵੀ ਦਿੰਦਾ ਹੈ एवरीवन ਹੇਅਰ ਰਿਸਪੈਕਟਸ ਮੀ ਐਸ ਏਅਰ ਰੋਲ ਮਾਡਲ ਹਰ ਕੋਈ ਮੈਨੂੰ ਆਪਣਾ ਆਦਰਸ਼ ਬਣਾ ਕੇ ਸਤਿਕਾਰ ਦਿੰਦਾ ਹੈ ਵਾਟ ਅਬਾਊਟ ਯਰ ਚਿਲड्रन ਹੂ ਟੇਕਸ ਕੇਅਰ ਆਫ ਥੈਮ ਆਸਕਡ ਗੀਤ ਗੀਤ ਨੇ ਪੁੱਛਿਆ ਫਿਰ ਤੇ ਬੱਚਿਆਂ ਦਾ ਕੀ ਉਹਨਾਂ ਦੀ ਦੇਖਭਾਲ ਕੌਣ ਕਰਦਾ ਹੈ I have been blessed with a helpful husband and loving parents in law mainu parmatma ne ik bahut acha husband ditta te bahut hi pyar karan wale sas sora ditte even my mother stays with me aur te hor mere mummy vi mere naal rehnde han we work together assi ikatthe kaam karde han cook together ikatthe bhojan banande han and enjoy raising the kids ਟੁਗੇਦਰ ਐਜ਼ ਅ ਟੀਮ ਅਤੇ ਬੱਚਿਆਂ ਦਾ ਪਾਲਣ ਪੋਸ਼ਣ ਇਕੱਠੇ ਇੱਕ ਟੀਮ ਦੀ ਤਰ੍ਹਾਂ ਕਰਦੇ ਹਾਂ ਪਰਮਜੀਤ ਸਪੋਕ ਵਿਦ ਕੌਨਫੀਡੈਂਸ ਪਰਮਜੀਤ ਨੇ ਬੜੇ ਵਿਸ਼ਵਾਸ ਨਾਲ ਕਿਹਾ ਆਮ ਆਮ ਸੋ ਪ੍ਰਾਊਡ ਆਫ ਯੂ ਮਾਈ ਡੀਅਰ ਫਰੈਂਡ ਗੀਤ ਹੈਲਡ ਪਰਮਜੀਤ ਹੈਂਡ ਟਾਈਟਲੀ ਗੀਤ ਨੇ ਪਰਮਜੀਤ ਦੇ ਹੱਥਾਂ ਨੂੰ ਘੁੱਟ ਕੇ ਫੜਿਆ ਤੇ ਉਹਨੂੰ ਕਿਹਾ ਕਿ ਮੈਨੂੰ ਤੇਰੇ ਤੇ ਬਹੁਤ ਮਾਣ ਹੈ ਮੇਰੀ ਪਿਆਰੀ ਸਹੇਲੀ ਕੈਨ ਯੂ ਗਿਵ ਮੀ ਸਮਥਿੰਗ ਟੂ ਡੂ ਕਿ ਤੂੰ ਮੈਨੂੰ ਵੀ ਕੋਈ ਕੰਮ ਦੇ ਸਕਦੀ ਹੈ ਕਰਨ ਨੂੰ ਦੇਦੀ ਯੂ ਮਸਟ ਬੀ ਜੋਕਿੰਗ ਹਾਊ ਕੈਨ ਆਈ ਆਸਕ ਅ ਪੋਸਟ ਗ੍ਰੈਜੂਏਟ ਲਾਈਕ ਯੂ ਟੂ ਵਰਕ ਫੋਰ ਮੀ ਪਰਮਜੀਤ ਰਿਪਲਾਈਡ ਪਰਮਜੀਤ ਨੇ ਜਵਾਬ ਦਿੱਤਾ ਕਿ ਦੇਦੀ ਤੁਸੀਂ ਜ਼ਰੂਰ ਮੇਰਾ ਮਜ਼ਾਕ ਕਰ ਰਹੇ ਹੋ ਮੈਂ ਇੱਕ ਪੋਸਟ ਗ੍ਰੈਜੂਏਟ ਕੁੜੀ ਨੂੰ ਕਿਸ ਤਰ੍ਹਾਂ ਕੋਈ ਕੰਮ ਦੇ ਸਕਦੀ ਹਾਂ ਯੂ ਹੈਵ ਆਰਨ ਦਾ ਹਾਈਐਸਟ ਕੁਆਲੀਫਿਕੇਸ਼ਨ ਥਰੂ ਯੂਰ ਵਰਕ ਐਂਡ ਸੈਟ ਅਪ ਅ ਸਕਸੈਸਫੁਲ ਬਿਜ਼ਨਸ ਕਿ ਟੂ ਆਪਣਾ ਇੱਕ ਕੰਮ ਜਾਂ ਬਿਜ਼ਨਸ ਚਲਾ ਕੇ ਸਭ ਤੋਂ ਵੱਡੀ ਯੋਗਤਾ ਹਾਸਲ ਕੀਤੀ ਹੈ your journey is an inspiration for so many girls geet explained geet ne sara kuch khol ke dasya ke teri yatra bahut sariyan ladkiyan waste prerana srot hai didi then i shall need your help to grow my business abroad didi phir mainu todi load hovegi ke main apna business abroad yani videsh vich badha sakam ਯੂ ਕੈਨ ਟੈਲ ਐਂਡ ਰਾਈਟ ਸਟੋਰੀਜ਼ ਅਬਾਊਟ ਦਾ ਸਮਾਲ ਗਰੁੱਪ ਆਫ ਔਮਨ ਵਰਕਿੰਗ ਹੇਅਰ ਤੁਸੀਂ ਲੋਕਾਂ ਨੂੰ ਵਿਦੇਸ਼ਾਂ ਵਿੱਚ ਦੱਸ ਸਕਦੇ ਹੋ ਅਤੇ ਸਟੋਰੀਜ਼ ਲਿਖ ਸਕਦੇ ਹੋ ਕਿ ਕਿਸ ਤਰ੍ਹਾਂ ਇੱਕ ਔਰਤਾਂ ਦਾ ਛੋਟਾ ਜਿਹਾ ਗਰੁੱਪ ਇੱਥੇ ਕੰਮ ਕਰ ਰਿਹਾ ਹੈ ਯੂ ਕੈਨ ਪ੍ਰੋਮੋਟ ਦਾ ਬਿਜ਼ਨਸ ਐਂਡ ਹੈਲਪ ਮੀ ਗੈਟ ਮੋਰ ਵਰਕ ਫਰਮ ਫੋਰਨ ਕਸਟਮਰਸ ਤੁਸੀਂ ਉਸ ਬਿਜ਼ਨਸ ਨੂੰ ਪ੍ਰੋਮੋਟ ਕਰ ਸਕਦੇ ਹੋ ਬੜਾਵਾ ਦੇ ਸਕਦੇ ਹੋ ਤਾਂ ਕਿ ਮੈਨੂੰ ਵਿਦੇਸ਼ੀ ਗਾਹਕਾਂ ਤੋਂ ਹੋਰ ਕੰਮ ਮਿਲ ਸਕੇ ਪਰਮਜੀਤ ਵਾਸ ਐਕਸਾਈਟਡ परमजीत ਬੜੀ ਉਤੇਜਿਤ ਸੀ ਯੈਸ ਆਈ ਸ਼ਲ ਡੂ ਥੈਟ ਐਂਡ ਮੋਰ ਆਈ ਥਿੰਕ ਆਈ ਹੈਵ ਫਾਊਂਡ ਮਾਈ ਨੇਸਟ ਅਗੇਨ ਗੀਤ ਸਪੋਕ ਵਿਦ ਟੀਅਰਸ ਆਫ ਜੁਆਇ ਇਨ ਹਰ ਆਈਜ਼ ਗੀਤ ਦੇ ਅੱਖਾਂ ਵਿੱਚ ਖੁਸ਼ੀ ਦੇ ਹੰਝੂ ਆ ਗਏ ਅਤੇ ਉਸਨੇ ਕਿਹਾ ਹਾਂ ਮੈਂ ਇਸ ਨੂੰ ਜ਼ਰੂਰ ਪ੍ਰਮੋਟ ਕਰਾਂਗੀ ਤੇ ਇਸ ਤੋਂ ਵੀ ਵੱਧ ਜੋ ਕੁਝ ਹੋ ਸਕਿਆ ਮੈਂ ਕਰਾਂਗੀ ਮੈਨੂੰ ਲੱਗਦਾ ਹੈ ਕਿ ਮੈਨੂੰ ਆਪਣਾ ਹੌਸਲਾ ਫੇਰ ਤੋਂ ਮਿਲ ਗਿਆ ਹੈ ਇਵਨ ਆਫਟਰ ਸੋ ਮੈਨੀ ਈਅਰਸ ਦਾ ਰੂਫ ਟੌਪ gave the same energy and hope to Keith as it did for her as a child. ਬੇਸ਼ੱਕ ਇੰਨੇ ਸਾਲ ਬਾਅਦ ਵੀ ਇਸ ਘਰ ਦੀ ਛੱਤ ਨੇ ਗੀਤ ਨੂੰ ਓਨੀ ਹੀ એનર્ਜੀ ਓਨੀ ਹੀ ਊਰਜਾ ਦਿੱਤੀ ਜਿੰਨੀ ਕਿ ਉਸ ਨੂੰ ਬਚਪਨ ਵਿੱਚ ਮਿਲਿਆ ਕਰਦੀ ਸੀ ਸੋ ਇਹ ਸੀ ਬਹੁਤ ਹੀ ਬਿਊਟੀਫੁਲ ਸਟੋਰੀ ਮੈਨੂੰ ਉਹਦੇ ਨਾਲ ਲੱਗਦੀ ਇੱਕ ਪੋਇਮ ਯਾਦ ਆ ਗਈ ਜਿਹੜੀ ਕਿਤੇ ਨਾ ਕਿਤੇ ਇਸ ਸਟੋਰੀ ਨੂੰ ਕਿਤੇ ਨਾ ਕਿਤੇ ਟੱਚ ਕਰਦੀ ਹੈ वो है दो कलियां गुलशन की कि किसी बाग दिया दो कलियां दो फुल दो कलियां गुलशन की एक सहरे के बीच गुंदे और मन ही मन मुस्काए दूजी अर्थी भेंट चढ़े और मिट्टी में मिल जाए किसको मुजरिम बोले कोई किस पे दोष लगाए दो कलियां गुलशन की दो बूंदें सावन की एक सागर के बीच गिरे और मोती बन जाए दूजी मैले जल में गिरकर अपना आप गवाए किसको मुजरिम बोले कोई किस पे दोष लगाए दो बूंदें सावन की दो सखियाँ बचपन की एक सिंहासन पर बैठे और रूप मती कहलाए दूजी अपने रूप के कारण गलियों में बिक जाए किसको मुजरिम बोले कोई किस पे दोष लगाए दो सखियां बचपन की दो बूंदें सावन की दो कलियां गुलशन की